I personally believe that we are dealing with all these major issues in Afghanistan because of Pakistan. I mean, Taliban, by now, all of us, we know that Taliban are being funded by Pakistan. India has always been good to us. They've been a true friend. They've been very sweet and helpful and kind to our people who were refugees in India. I was left with no choice but to leave Afghanistan, and we left in a very, very difficult manner. It was a very challenging for me and for my fiance, and I will probably dedicate a huge portion of my music, just like always, to Afghanistan and its people. I was in Afghanistan for the past 8 months, and then ਮੈਂ ਪਿਛਲੇ 8 ਮਹੀਨਿਆਂ ਤੋਂ ਅਫਗਾਨਿਸਤਾਨ ਦੇ ਵਿੱਚ ਸੀ। ਫਿਰ ਤਾਲਿਬਾਨ ਨੇ ਕਾਬੁਲ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਹਾਲਾਤ ਅਚਾਨਕ ਬਦਲ ਗਏ। ਅਜਿਹੀ ਸਥਿਤੀ ਦੇ ਵਿੱਚ ਦੇਸ਼ ਛੱਡਣ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਵੀ ਰਸਤਾ ਨਹੀਂ ਸੀ। ਮੇਰੇ ਮੰਗੇਤਰ ਅਤੇ ਮੇਰੇ ਲਈ ਉੱਥੋਂ ਨਿਕਲਣਾ ਬਹੁਤ ਔਖਾ ਸੀ। ਇੱਕ ਗਾਇਕਾ ਹੋਣ ਦੇ ਨਾਲ ਨਾਲ ਮੈਂ ਅਫਗਾਨਿਸਤਾਨ ਦੇ ਵਿੱਚ ਔਰਤਾਂ ਦੇ ਅਧਿਕਾਰਾਂ ਦੇ ਲਈ ਵੀ ਆਵਾਜ਼ ਚੁੱਕਦੀ ਰਹੀ ਹਾਂ। ਇਸ ਲਈ ਮੇਰੇ ਲਈ ਇਹ ਹੋਰ ਵੀ ਮੁਸ਼ਕਲ ਸੀ, ਕਿਉਂਕਿ ਜਦੋਂ ਤੱਕ ਅਸੀਂ ਨਿਕਲਣ ਦੇ ਲਈ ਤਿਆਰ ਹੋਏ ਉਸ ਸਮੇਂ ਤੱਕ ਹਰ ਪਾਸੇ ਤਾਲਿਬਾਨ ਦੀਆਂ ਚੌਂਕੀਆਂ ਸਨ ਅਤੇ ਸਾਨੂੰ ਡਰ ਸੀ ਕਿ ਉਹ ਸਾਨੂੰ ਫੜ ਲੈਣਗੇ। ਅਸਲ ਚੁਣੌਤੀ ਸੀ ਘਰ ਤੋਂ ਹਵਾਈ ਅੱਡੇ ਤੱਕ ਪਹੁੰਚਣਾ, ਪਰ ਖੁਸ਼ਕਿਸਮਤੀ ਦੇ ਨਾਲ ਅਸੀਂ ਸਹੀ ਸਲਾਮਤ ਉੱਥੇ ਪਹੁੰਚ ਗਏ ਅਤੇ ਅਮਰੀਕੀ ਸੈਨਾ ਨੇ ਸਾਨੂੰ ਉੱਥੋਂ ਨਿਕਲਣ ਦੇ ਵਿੱਚ ਮਦਦ ਕੀਤੀ। ਮੇਰੇ ਮੰਗੇਤਰ ਅਤੇ ਮੇਰੇ ਸਣੇ ਹੋਰ ਸੈਂਕੜੇ ਲੋਕ ਸਨ ਜਿਨ੍ਹਾਂ ਕੋਲ ਅਮਰੀਕੀ ਪਾਸਪੋਰਟ ਸਨ। ਅਸੀਂ C-17 ਜਹਾਜ਼ ਦੇ ਵਿੱਚ ਉੱਥੋਂ ਉਡਾਨ ਭਰੀ। You know, the journey from home to the airport. ਮੈਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਉਮੀਦ ਕਰਦੀ ਹਾਂ ਕਿ ਅਫਗਾਨਿਸਤਾਨ ਅਤੇ ਇੱਥੇ ਦੇ ਲੋਕਾਂ ਦੀ ਅਣਦੇਖੀ ਨਹੀਂ ਕਰਨਗੇ, ਕਿਉਂਕਿ ਇਹ ਉਹਨਾਂ ਦੀ ਗਲਤੀ ਨਹੀਂ ਹੈ। ਇਸ ਸਮੇਂ ਅਫਗਾਨਿਸਤਾਨ ਦੇ ਲੱਖਾਂ ਲੋਕ, ਖਾਸ ਕਰਕੇ ਔਰਤਾਂ ਅਤੇ ਬੱਚੇ, ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ, ਉਹ ਇਸ ਤੋਂ ਕਿਤੇ ਬਿਹਤਰ ਜੀਵਨ ਦੇ ਹੱਕਦਾਰ ਹਨ। ਮੇਰਾ ਮੰਨਣਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਸ ਦਾ ਮੁੱਖ ਕਾਰਨ ਪਾਕਿਸਤਾਨ ਹੈ। ਮੇਰੇ ਖਿਆਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਹੀ ਤਾਲਿਬਾਨ ਨੂੰ ਵਿੱਤੀ ਮਦਦ ਦਿੰਦਾ ਹੈ। ਪਾਕਿਸਤਾਨ ਤੋਂ ਹੀ ਤਾਲਿਬਾਨ ਨੂੰ ਨਿਰਦੇਸ਼ ਮਿਲਦੇ ਨੇ। ਉਹਨਾਂ ਦਾ ਬੇਸ ਪਾਕਿਸਤਾਨ ਦੇ ਵਿੱਚ ਹੈ ਅਤੇ ਪਾਕਿਸਤਾਨ ਹੀ ਹੈ ਜਿੱਥੇ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਲਈ ਮੈਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਉਮੀਦ ਕਰਦੀ ਹਾਂ ਕਿ ਜੇ ਉਹ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਦੇਣੀ ਬੰਦ ਕਰ ਦੇਣ ਤਾਂ ਫਿਰ ਪਾਕਿਸਤਾਨ ਵੀ ਤਾਲਿਬਾਨ ਨੂੰ ਵਿੱਤੀ ਸਹਾਇਤਾ ਨਹੀਂ ਦੇ ਸਕੇਗਾ। ਬੇਸ਼ੱਕ ਮੈਂ ਇਸ ਦੇ ਲਈ ਪਾਕਿਸਤਾਨ ਨੂੰ ਦੋਸ਼ ਦੇਵਾਂਗੀ। ਪਿਛਲੇ ਕਈ ਸਾਲਾਂ ਦੇ ਵਿੱਚ ਅਸੀਂ ਅਜਿਹੀਆਂ ਬਹੁਤ ਵੀਡੀਓ ਦੇਖੀਆਂ ਨੇ, ਅਜਿਹੇ ਕਈ ਸਬੂਤ ਨੇ ਜੋ ਦੱਸਦੇ ਨੇ ਕਿ ਤਾਲਿਬਾਨ ਨੂੰ ਮਜ਼ਬੂਤ ਕਰਨ ਦੇ ਵਿੱਚ ਪਾਕਿਸਤਾਨ ਦਾ ਵੱਡਾ ਹੱਥ ਹੈ। On behalf of the entire nation of Afghanistan, I want to express my utmost gratitude. Afghanistan ਦੇ ਸਾਰੇ ਲੋਕਾਂ ਵੱਲੋਂ ਮੈਂ ਭਾਰਤ ਦੀ ਸ਼ੁਕਰਗੁਜ਼ਾਰ ਹਾਂ ਅਤੇ ਧੰਨਵਾਦ ਕਰਨਾ ਚਾਹੁੰਦੀ ਹਾਂ। ਪਿਛਲੇ ਸਾਲਾਂ ਦੇ ਵਿੱਚ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਸਾਡੇ ਸਾਰੇ ਗੁਆਂਢੀ ਦੇਸ਼ਾਂ ਵਿੱਚੋਂ ਭਾਰਤ ਸਾਡਾ ਸੱਚਾ ਦੋਸਤ ਰਿਹਾ ਹੈ। ਭਾਰਤ ਨੇ ਇੱਕ ਸੱਚੇ ਮਿੱਤਰ ਦੀ ਤਰ੍ਹਾਂ ਹਮੇਸ਼ਾ ਸਾਡੇ ਨਾਲ ਚੰਗਾ ਵਿਵਹਾਰ ਕੀਤਾ ਹੈ।
ਉੱਥੇ ਮੌਜੂਦ ਸਾਡੇ ਰਿਫਿਊਜੀ ਭਰਾਵਾਂ ਦੇ ਲਈ ਵੀ ਭਾਰਤ ਨੇ ਮਦਦਗਾਰ ਅਤੇ ਦਇਆ ਭਰਿਆ ਰਵੱਈਆ ਰੱਖਿਆ। ਕੋਈ ਵੀ ਅਫਗਾਨ ਵਿਅਕਤੀ ਜਿਸ ਨੂੰ ਮੈਂ ਮਿਲੀ ਹੋਵਾਂ ਅਤੇ ਜੋ ਕਦੇ ਭਾਰਤ ਦੇ ਵਿੱਚ ਰਿਹਾ ਹੋਵੇ, ਹਰ ਇੱਕ ਨੇ ਭਾਰਤ ਦੇ ਲੋਕਾਂ ਬਾਰੇ ਹਮੇਸ਼ਾ ਚੰਗਾ ਹੀ ਦੱਸਿਆ ਕਿ ਕਿਵੇਂ ਉੱਥੇ ਦੇ ਲੋਕਾਂ ਨੇ ਉਹਨਾਂ ਦੇ ਨਾਲ ਚੰਗਾ ਵਿਵਹਾਰ ਕੀਤਾ। ਭਾਰਤ ਨੇ ਸਾਡੇ ਲਈ ਜੋ ਕੁਝ ਵੀ ਕੀਤਾ ਅਤੇ ਕਰ ਰਿਹਾ ਉਸਦੇ ਲਈ ਇੱਕ ਵਾਰ ਫਿਰ ਤੋਂ ਧੰਨਵਾਦ। ਮੈਂ ਕੰਮ ਕਰਨਾ ਜਾਰੀ ਰੱਖਾਂਗੀ। ਅਫਗਾਨਿਸਤਾਨ ਤੋਂ ਬਾਹਰ ਵੀ ਮੇਰਾ ਕਰੀਅਰ ਹੈ। ਪਿਛਲੇ ਕਈ ਸਾਲਾਂ ਤੋਂ ਮੈਂ ਕੰਮ ਕਰ ਰਹੀ ਹਾਂ ਅਤੇ ਦੁਨੀਆ ਭਰ ਦੇ ਵਿੱਚ ਮੇਰੇ ਪ੍ਰਸ਼ੰਸਕ ਹਨ। ਇਸ ਲਈ ਮੈਂ ਆਪਣਾ ਕੰਮ ਕਰਦੀ ਰਹਾਂਗੀ ਅਤੇ ਸ਼ਾਇਦ ਹਮੇਸ਼ਾ ਦੀ ਤਰ੍ਹਾਂ ਮੇਰੇ ਸੰਗੀਤ ਦਾ ਇੱਕ ਵੱਡਾ ਹਿੱਸਾ ਅਫਗਾਨਿਸਤਾਨ ਅਤੇ ਅਫਗਾਨ ਲੋਕਾਂ ਦੇ ਲਈ ਸਮਰਪਿਤ ਹੋਵੇਗਾ। I am truly truly disappointed with the president, the way he left Afghanistan in the hands. Mes gal to buri tarah nirash ha ki Afghanistan de rashtrapati desh nu mutthi par pakistaniyan de hath de vich chhad ke chale gaye. ਉਹਨਾਂ ਨੇ ਸਾਡੇ ਦੇਸ਼ ਦੇ ਲੋਕਾਂ ਅਤੇ ਸੈਨਾ ਸਭ ਨੂੰ ਨਿਰਾਸ਼ ਕੀਤਾ ਹੈ। ਜਦੋਂ ਕੋਈ ਅਗਵਾਈ ਕਰਨ ਵਾਲਾ ਹੀ ਨਹੀਂ ਰਹੇਗਾ ਤਾਂ ਸੈਨਾ ਕੀ ਕਰੇਗੀ? ਇਹ ਵਾਕਈ ਬਹੁਤ ਨਿਰਾਸ਼ਾਜਨਕ ਹੈ ਅਤੇ ਮੈਨੂੰ ਉਹਨਾਂ ਉੱਤੇ ਬਹੁਤ ਗੁੱਸਾ ਹੈ। ਉਹਨਾਂ ਨੇ ਜੋ ਕੀਤਾ ਉਹ ਕਾਇਰਤਾ ਦੀ ਨਿਸ਼ਾਨੀ ਹੈ। ਮੈਨੂੰ ਯਾਦ ਹੈ ਕਿ ਸਾਡੇ ਉੱਥੋਂ ਨਿਕਲਣ ਤੱਕ, ਬਲਕਿ 15 ਅਗਸਤ ਦੀ ਦੁਪਹਿਰ ਤੱਕ ਉਹ ਭਾਸ਼ਣ ਦੇ ਰਹੇ ਸਨ ਅਤੇ ਲੋਕਾਂ ਦੇ ਨਾਲ ਵਾਅਦਾ ਕਰ ਰਹੇ ਸਨ ਕਿ ਸਭ ਕੁਝ ਠੀਕ ਹੋ ਜਾਵੇਗਾ ਅਤੇ ਅਸੀਂ ਲੜਾਂਗੇ, ਪਰ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਉਹ ਗਾਇਬ ਹੋ ਗਏ। And left people like that.